जी अज असी यात्रा जा रहे गुरु नानक देव जी के प्रकाश उत्सव के उत्ते भगवंत मान ने यात्रा लिए सानू बहुत वधिया चांस दिता और अं बड़े चिर तो तरस रहे थे हजूर साहब जाने वास्ते लेकिन सानू अज बहुत वधिया लग रहा बजुर्ग बंदे हैं और एसी गड्डियां दित्तियां सब कुछ बहुत सहूलतां दित्तियां जी खाण पीण वास्ते किट दित्ती आ हर एक चीज की बहुत ज्यादा सहूलत अं बहुत धन्यवाद कर की नाम है कितों आए हो मेरा नाम गुरचरण सिंह है जी सुल्तानवंड रोड अमृतसर तो आया बहुत वधिया उपराला किया जी असि इसका बहुत बहुत धन्यवाद करते हैं73 साल की उम्र हो गई है मैं अज तक यात्रा नहीं कर सके क्यों कभी पैसे की वजह करके कभी ओदा अपने शरीर की प्रॉब्लम करके ਅਸੀਂ ਦੋ ਜਣੇ ਜਾ ਰਹੇ ਠੀਕ ਨਿਯਮਿਤ ਅੱਜ ਜਾ ਰਹੀ ਆ ਹਜ਼ੂਰ ਸਾਹਿਬ ਕਿ 2 ਤਰੀਕ ਨੂੰ ਵਾਪਸੀ ਆਉਣ ਸਰ ਕਿਹੋ ਜਿਹਾ ਲੱਗ ਰਿਹਾ ਤੁਸੀਂ ਮੁੱਖ ਮੰਤਰੀ ਤੀਰਥ ਯਾਤਰਾ ਦੇ ਸੰਬੰਧਿਤ ਬਹੁਤ 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 ਵਧੀਆ ਕਰਮਾ ਭਾਗਾਂ ਵਾਲਾ ਹਾਂ ਤੀਰਥ ਯਾਤਰਾ ਇਹਨਾਂ ਨੇ ਕਰਾਈ ਹੈ ਹਾਂਜੀ ਤੇ ਕਿੱਟਾਂ ਮਿਲੀਆਂਗੀ ਸਰਕਾਰ ਵੱਲੋਂ ਕੀ ਕੀ ਮਿਲਿਆ ਵਾ ਕਿੱਟਾਂ ਦੇ ਵਿੱਚ ਕੰਬਲ ਚਾਦਰ ਸਰਾਣਾ ਤੇਲ ਤੋਂ ਕੰਘੀ ਯਾਰਾ ਵਗੈਰਾ ਸਮਾਨ ਹੋਰ ਤੋਂ ਠੀਕ ਅੱਜ ਬੜੀ ਖੁਸ਼ੀ ਦਾ ਦਿਨ ਆ ਸਾਡੇ ਵਾਸਤੇ ਕਿ ਅੱਜ ਪਹਿਲੇ ਪਾਤਸ਼ਾਹ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਪ੍ਰਕਾਸ਼ ਪੁਰਬ ਆ ਇਸ ਮੌਕੇ ਦੇ ਉੱਤੇ ਆ ਜਿਹੜਾ ਆ ਅਸੀਂ ਪੂਰੀ ਦੇਸ਼ ਵਿਦੇਸ਼ ਦੇ ਵਿੱਚ ਵਸੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਮੈਂ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਵਧੀਆ ਇੱਕ ਨੇਕ ਉਪਰਾਲਾ ਹੈ ਜਿਹਦੇ ਤਹਿਤ ਪਹਿਲੀ ਟ੍ਰੇਨ ਜਿਹੜੀ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਜਿਹੜੇ ਆ ਉਹ ਦਰਸ਼ਨਾਂ ਵਾਸਤੇ ਜਾ ਕਿੰਨੇ ਦਿਨ ਲਈ ਜਾ ਰਹੀ ਇਹ 2 ਤਰੀਕ ਨੂੰ ਵਾਪਸੀ ਹੋਏਗੀ ਰੋਕ ਰੋਕ ਕੇ ਵੱਖ ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਨਗੇ ਕਿਹੜੀ ਜਗ੍ਹਾ ਦੀ ਯਾਤਰਾ ਕਰਨ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਹੀ ਕਰ ਰਹੇ ਪੂਰੇ ਪੰਜਾਬ ਦੇ ਵਿੱਚੋਂ ਹੀ ਸਾਡੇ ਲਗਭਗ 50,000 ਤੋਂ ਵੱਧ ਸ਼ਰਧਾਲੂ ਜਿਹੜੇ ਨੇ ਵੱਖ ਵੱਖ ਤੀਰਥ ਸਥਾਨਾਂ ਦਾ ਚਾਹੇ ਉਹ ਹਿੰਦੂ ਕਮਿਊਨਿਟੀ ਦੇ ਨਾਲ ਨੇ ਵੈਸੇ ਤਾਂ ਸਾਂਝੀਵਾਲਤਾ ਦਾ ਉਪਦੇਸ਼ ਆ ਸਾਰੇ ਹੀ ਏਕਾਂ ਹਰ ਤੀਰਥ ਸਥਾਨ ਹਰ ਧਾਰਮਿਕ ਸਥਾਨ ਸਾਡੇ ਵਾਸਤੇ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਬਹੁਤ ਅਹਿਮੀਅਤ ਰੱਖਦਾ ਸੋ ਮਥੁਰਾ ਵਾਸਤੇ ਵਾਰਾਣਸੀ ਦੈਨ ਵਰਿੰਦਰਾਵਨ ਐਂਡ ਅਜਮੇਰ ਸ਼ਰੀਫ ਐਨ ਸਾਡੇ ਵੈਸ਼ਨੋ ਦੇਵੀ ਮਾਤਾ ਜੀ ਚਿੰਤਪੁਰਨੀ ਮਾਤਾ ਚਿੰਤਪੁਰਨੀ ਜਵਾਲਾ ਜੀ ਨੈਣਾ ਦੇਵੀ ਸਾਰੇ ਹੀ ਧਾਰਮਿਕ ਸਥਾਨ ਜਿਹੜੇ ਨੇ ਜਿੱਥੇ ਜ਼ਿਆਦਾ ਡਿਸਟੈਂਸ ਆ ਉੱਥੇ ਅਸੀਂ ਥਰੂ ਟ੍ਰੇਨ ਔਰ ਜਿੱਥੇ ਘੱਟ ਡਿਸਟੈਂਸ ਆ ਉੱਥੇ ਬੱਸਿਸ ਰਾਹੀਂ ਕਿੱਟਾਂ ਵਗੈਰਾ ਵੰਡੀਆਂ ਗਈਆਂ ਸ਼ਰਧਾਲੂ ਹਾਂਜੀ ਕਿੱਟਾਂ ਦਿੱਤੀਆਂ ਗਈਆਂ ਨੇ ਜੋ ਰੋਜ਼ਮਰਾ ਦਾ ਸਮਾਨ ਆ ਕੋਈ ਕੰਬਲ ਬੈੱਡ ਸ਼ੀਟ ਜੋ ਵੀ ਕੁਝ ਲੋੜੀਂਦਾ ਉਹ ਸਾਰੇ ਸ਼ਰਧਾਲੂਆਂ ਨੂੰ ਜਿਹੜਾ ਉਹ ਦਿੱਤਾ ਗਿਆ ਬਜ਼ੁਰਗਾਂ ਨੂੰ ਨਹੀਂ ਪੁੱਛਦੇ ਆ ਜਿਹੜੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਲਈ ਇਹ ਯਾਤਰਾ ਕਾਫੀ ਸਫਲ ਰਹਿ ਜਾਂਦੀ ਦੇਖੋ ਸਰਕਾਰ ਸਾਰਿਆਂ ਵਾਸਤੇ ਹੁੰਦੀ ਹੈ ਸਰਕਾਰ ਸਾਰਿਆਂ ਵਾਸਤੇ ਹੁੰਦੀ ਆ ਸਰਕਾਰ ਤੋਂ ਸਰਕਾਰ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਆਪਣੀ ਜਿਹੜੇ ਜਨਤਾ ਹੈ ਉਹਨਾਂ ਨੂੰ ਕੰਫਰਟੇਬਲ ਜੋਨ ਦੇ ਵਿੱਚ ਰੱਖਣਾ ਸੋ ਬੜੇ ਧਾਰਮਿਕ ਸਥਾਨ ਦੇ ਉੱਤੇ ਜਾਣ ਦੀ ਤਾਂ ਹਰ ਇੱਕ ਦੀ ਤਾਂਘ ਹੁੰਦੀ ਹੈ ਕੋਈ ਵੀ ਬੰਦਾ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਆ ਉਹ ਚਾਹੁੰਦਾ ਹੈ ਕਿ ਮੈਂ ਆਪਦੇ ਜਿਉਂਦੇ ਜੀ ਆਪਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਆਵਾਂ ਉੱਥੇ ਨਤਮਸਤਕ ਹੋ ਕੇ ਆਵਾਂ ਸੋ ਕਈ ਵਾਰੀ ਕੁਝ ਰਿਸਟ੍ਰਿਕਸ਼ਨਸ ਆ ਜਾਂਦੀਆਂ ਨੇ ਮੁਸ਼ਕਲਾਂ ਹੁੰਦੀਆਂ ਨੇ ਫਾਈਨੈਂਸ਼ੀਅਲ ਵੀ ਹੋ ਸਕਦੀਆਂ ਨੇ ਹੋਰ ਵੀ ਹੋ ਸਕਦੀਆਂ ਨੇ ਜਿਹਦੇ ਕਰਕੇ ਲੋਕ ਚਾਹੁੰਦੇ ਹੋਏ ਵੀ ਜਾ ਨਹੀਂ ਸਕਦੇ ਸੋ ਸਰਕਾਰ ਦਾ ਉਪਰਾਲਾ ਹੈ ਕਿ ਉਹ ਲੋਕ ਜਿਹੜੇ ਚਾਹੁੰਦੇ ਨੇ ਪਰ ਕਿਸੇ ਕਾਰਨਾਂ ਕਰਕੇ ਜਾ ਨਹੀਂ ਸਕਦੇ ਉਹਨਾਂ ਨੂੰ ਮਤਲਬ ਧਾਰਮਿਕ ਸਥਾਨਾਂ ਦੇ ਦਰਸ਼ਨ ਜਿਹੜੇ ਆ ਕਰਾਏ ਜਾਣ ਸਾਡੀ ਅੱਜ ਪਹਿਲੀ ਟ੍ਰੇਨ ਜਿਹੜੀ ਆ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਵਾਸਤੇ ਇੱਥੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋ ਰਹੀ ਆ ਲਗਭਗ 1,000 ਯਾਤਰੀ ਪੂਰੇ ਪੰਜਾਬ ਦੇ ਵਿੱਚੋਂ ਇਸ ਟ੍ਰੇਨ ਰਾਹੀਂ ਇੱਥੇ ਜਲੰਧਰ ਜਾਣਗੇ ਜਲੰਧਰ ਤੋਂ ਧੂਰੀ ਉੱਥੇ ਸਾਡੇ ਮਾਨਯੋਗ CM ਸਾਹਿਬ ਜਿਹੜੇ ਆ ਉਹ ਟ੍ਰੇਨ ਨੂੰ ਰਵਾਨਾ ਕਰਨਗੇ ਸੋ ਮੇਰੀਆਂ ਸ਼ੁਭਕਾਮਨਾਵਾਂ ਸਾਰੇ ਯਾਤਰੀਆਂ ਨੂੰ ਐਂਡ ਮੈਂ ਆਸ ਕਰਦਾ ਹਾਂ ਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਮਕਸਦ ਜਿਹੜਾ ਆ ਇਹ ਅੱਜ ਪੂਰਾ ਹੋਣਾ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਉਪਰਾਲੇ ਹੋਰ ਆਉਂਦੇ ਰਹਿਣਗੇ ਡੈਫੀਨੇਟਲੀ ਦੇਖੋ ਇਸ ਵਾਰੀ ਅਸੀਂ 40 ਕਰੋੜ ਰੁਪਇਆ ਜਿਹੜਾ ਕੈਬਨਿਟ ਦੇ ਵਿੱਚ ਅਪਰੂਵ ਕੀਤਾ ਸਾਡੇ ਫਾਈਨਾਂਸ ਡਿਪਾਰਟਮੈਂਟ ਨੇ ਦਿੱਤਾ ਉਹਦੇ ਵਾਸਤੇ ਲਗਭਗ 50,000 ਤੋਂ ਜ਼ਿਆਦਾ ਸ਼ਰਧਾਲੂ ਜਿਹੜੇ ਨੇ ਉਹ ਇਸ ਸਾਲ ਯਾਤਰਾ ਕਰਨਗੇ ਨੈਕਸਟ ਸਾਲ ਫਿਰ ਜਿਹੜੀ ਆ ਉਹ ਸ਼ੁਰੂ ਕਰਦੇ